ਖਬਰ ਬਸ ਤੇ ਫਿਰ ਉਸਨੂੰ ਅਸੀਂ ਕਰਨਾ ਹੁੰਦਾ। ਉਹਦੇ 'ਚ ਪੁਰਾਣੀ ਪੋਲਿੰਗ ਹੈਗੀ ਆ, ਪੁਰਾਣਾ ਕੋਈ ਲੜਾਈ ਝਗੜਾ ਜੇ ਹੋਇਆ ਉੱਥੇ ਹੈਗਾ, ਤੇ ਉੱਥੇ ਕੋਈ ਇਹੋ ਜਿਹੀ ਆਬਾਦੀ ਜਿਹੜੀ ਵਲਨਰੇਬਲ ਹੋਵੇ। ਇਸ ਤੋਂ ਇਲਾਵਾ ਜੀ, ਜਿਹੜਾ ਆਪਣੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਕੁੱਲ 50 ਵਲਨਰੇਬਲ ਅਸੀਂ ਲੋਕੇਸ਼ਨਸ ਆਇਡੈਂਟੀਫਾਈ ਕੀਤੀਆਂ ਹੈਗੀਆਂ ਐਜ਼ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨੋਰਮਸ ਦੇ ਹਿਸਾਬ ਨਾਲ। ਇਹਦੇ 'ਚੋਂ ਤਕਰੀਬਨ 30 ਜਿਹੜੀਆਂ ਹੈਗੀਆਂ ਸ਼ਹਿਰੀ ਇਲਾਕਿਆਂ 'ਚ ਪੈਂਦੀਆਂ ਅਤੇ 20 ਜਿਹੜੀਆਂ ਹੈਗੀਆਂ ਪੇਂਡੂ ਇਲਾਕੇ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀ। ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ, ਵੋਟਾਂ ਪੈ ਰਹੀਆਂ ਅਤੇ ਇਸ ਮਾਹੌਲ ਦੇ ਵਿੱਚ ਉਮੀਦਵਾਰਾਂ ਵੱਲੋਂ ਲਗਾਤਾਰ ਵੋਟਰਾਂ ਨੂੰ ਭਰਮਾਉਣਾ, ਖਰੀਦਣਾ ਅਤੇ ਚੋਣਾਂ ਦੇ ਵਿੱਚ ਵੋਟਾਂ ਨੂੰ ਲੈ ਕੇ ਲੜਾਈਆਂ ਹੋਣੀਆਂ ਆਮ ਗੱਲ ਆ। ਫਰੀਦਕੋਟ ਪੁਲਿਸ ਨੇ ਪੰਜਾਬ ਦੀ ਬਾਕੀ ਪੁਲਿਸ ਵਾਂਗ ਇਲੈਕਸ਼ਨ ਕਮਿਸ਼ਨ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਉਹਨਾਂ ਸਥਾਨਾਂ ਦੀ ਸ਼ਨਾਖਤ ਕਰ ਲਈ ਆ ਜਿੱਥੇ ਇਹਨਾਂ ਨੂੰ ਲੱਗਦਾ ਕਿ ਵੋਟਰਾਂ ਦੀ ਖਰੀਦੋ ਫਰੋਖਤ ਹੋ ਸਕਦੀ ਆ, ਇਹਨਾਂ ਨੂੰ ਭਰਮਾਇਆ ਜਾ ਸਕਦਾ, ਇਹਨਾਂ ਨੂੰ ਲਾਲਚ ਦਿੱਤਾ ਜਾ ਸਕਦਾ ਜਾਂ ਉੱਥੇ ਲੜਾਈ ਝਗੜੇ ਹੋਣ ਦਾ ਡਰ ਆ। ਫਰੀਦਕੋਟ ਦੀ ਪੁਲਿਸ ਅਤੇ ਇੱਥੋਂ ਦੇ ਰਿਟਰਨਿੰਗ ਅਫਸਰ ਜਿਹੜੇ ਡਿਪਟੀ ਕਮਿਸ਼ਨਰ ਫਰੀਦਕੋਟ ਨੇ, ਉਹਨਾਂ ਨੇ ਮਿਲ ਕੇ ਸਾਂਝੇ ਉੱਦਮ ਦੇ ਨਾਲ ਉਹਨਾਂ 50 ਸਥਾਨਾਂ ਦੀ ਸ਼ਨਾਖਤ ਕੀਤੀ ਆ ਜਿੱਥੇ ਇਸ ਤਰ੍ਹਾਂ ਹੋ ਸਕਦਾ, ਅਤੇ ਇਲੈਕਸ਼ਨ ਕਮਿਸ਼ਨ ਦੀ ਪਰਿਭਾਸ਼ਾ ਵਿੱਚ ਉਹਨਾਂ ਨੂੰ ਵੈਂਡਰੇਬਲ ਸਥਾਨ ਕਿਹਾ ਗਿਆ। ਹਾਲਾਂਕਿ ਫਰੀਦਕੋਟ ਜ਼ਿਲ੍ਹੇ ਵਿੱਚ ਕੁੱਲ 282 ਸਥਾਨ ਅਜਿਹੇ ਆ ਜਿੱਥੇ ਵੋਟਾਂ ਪੈਣੀਆਂ, ਪਰ ਇਹਨਾਂ 282 ਸਥਾਨਾਂ ਦੇ ਵਿੱਚੋਂ 50 ਸਥਾਨ, ਜਿਨ੍ਹਾਂ ਵਿੱਚੋਂ 30 ਸਥਾਨ ਸ਼ਹਿਰਾਂ ਵਿੱਚ ਆ, ਜ਼ਿਲ੍ਹੇ ਦੇ ਜਿਹੜੇ ਸ਼ਹਿਰ ਪੈਂਦੇ ਆ 3 ਇਹਨਾਂ ਦੇ ਵਿੱਚ ਆ, ਵੱਡੇ ਸ਼ਹਿਰ ਆ ਫਰੀਦਕੋਟ, ਕੋਟਪੁਰਾ, ਜੈਤੋ, ਅਤੇ ਬਾਕੀ 20 ਸਥਾਨ ਪਿੰਡਾਂ ਦੇ ਵਿੱਚ ਆ ਜਿੱਥੇ ਇਹ ਵੈਂਡਰੇਬਲ ਸਥਾਨ ਆ ਜਿਹੜੇ ਉਹ ਸ਼ਨਾਖਤ ਹੋ ਗਈ ਆ। ਉੱਥੇ ਪ੍ਰਸ਼ਾਸਨ ਨੂੰ, ਰਿਟਰਨਿੰਗ ਅਫਸਰ ਨੂੰ ਡਰ ਆ ਕਿ ਵੋਟਰਾਂ ਨੂੰ ਭਰਮਾਇਆ ਜਾ ਸਕਦਾ, ਲਾਲਚ ਦਿੱਤਾ ਜਾ ਸਕਦਾ, ਖਰੀਦੋ ਫਰੋਖਤ ਹੋ ਸਕਦੀ ਆ, ਲੜਾਈ ਝਗੜੇ ਹੋ ਸਕਦੇ ਆ। ਇਸ ਲਈ ਇੱਥੇ ਵੱਖਰੀ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਇਹਨਾਂ 50 ਸਥਾਨਾਂ 'ਤੇ। ਫਰੀਦਕੋਟ ਜ਼ਿਲ੍ਹੇ ਦੇ SP ਸਰਦਾਰ ਜਸਮੀਤ ਸਿੰਘ ਨੇ ਦੱਸਿਆ ਕਿ ਇਹਨਾਂ 50 ਸਥਾਨਾਂ ਦੀ ਇਲੈਕਸ਼ਨ ਕਮਿਸ਼ਨ ਨੂੰ ਸਿੱਧੀ ਅਤੇ ਤੁਰੰਤ ਤਾਜ਼ਾ ਰਿਪੋਰਟ ਲਗਾਤਾਰ ਦੇਣੀ ਪੈਂਦੀ ਆ, ਅਤੇ ਇਸ ਤੋਂ ਇਲਾਵਾ ਚੋਣਾਂ ਤੋਂ ਪਹਿਲਾਂ ਇੱਥੇ ਸੁਰੱਖਿਆ ਪ੍ਰਬੰਧ ਵੀ ਵੱਖਰੀ ਕਿਸਮ ਦੇ ਅਤੇ ਵਿਸ਼ੇਸ਼ ਕਿਸਮ ਦੇ ਕੀਤੇ ਜਾਣੇ ਆ। ਆਓ ਸੁਣਦੇ ਹਾਂ ਇਹਨਾਂ 50 ਵੰਡਰੇਬਲ ਸਥਾਨਾਂ ਬਾਰੇ ਕੀ ਕਹਿੰਦੇ ਨੇ ਫਰੀਦਕੋਟ ਜ਼ਿਲ੍ਹੇ ਦੇ SP ਸਰਦਾਰ ਜਸਮੀਤ ਸਿੰਘ। ਇਹਦੇ ਜੀ, ਅਸੀਂ ਟੋਟਲ ਤਕਰੀਬਨ 50 ਜਿਹੜੇ ਹੈਗੇ ਆ ਲੋਕੇਸ਼ਨਸ ਹੈਗੀ ਆ ਜਿਹਨਾਂ ਨੂੰ ਅਸੀਂ ਚੋਣ ਕੀਤੀ ਹੈਗੀ ਆ, ਵਨਰੇਬਲ ਜਾਂ ਕ੍ਰਿਟੀਕਲ ਜਿਹਨੂੰ ਤੁਸੀਂ ਕਹਿੰਦੇ ਹੈਗੇ, ਉਹਨਾਂ ਦੀ ਇੱਕ ਆਪਾਂ ਲਿਸਟ ਬਣਾਈ ਹੈਗੀ ਜ਼ਿਲ੍ਹਾ ਲੈਵਲ 'ਤੇ DC ਸਾਹਿਬ ਅਤੇ SSP ਸਰ, ਜਾਣੀ ਕਿ ਦੋਵੇਂ ਮਹਿਕਮਿਆਂ ਨੇ ਇੱਕ ਮੋਡਲ ਕੋਡ ਆਫ ਕੰਡਕਟ ਲੱਗਦਾ ਅਤੇ ਇਲੈਕਸ਼ਨ ਕਮਿਸ਼ਨ ਦਾ ਕ੍ਰਾਈਟੀਰੀਆ ਹੁੰਦਾ, ਉਹਦੇ ਬੇਸ 'ਤੇ 50 ਦੀ ਲੋਕੇਸ਼ਨ ਹੈਗੀ ਆ। ਇਹਦੇ 'ਚ ਜਿਹੜੇ ਕ੍ਰਾਈਟੀਰੀਆ 'ਚ ਕਈ ਮਾਪਦੰਡ ਹੁੰਦੇ ਨੇ ਜਿਵੇਂ ਕਿ ਵੋਟਿੰਗ ਦੀ ਪ੍ਰਤੀਸ਼ਤ ਜਿਹੜੀ ਪਿਛਲੀ ਵਾਰੀ 'ਚ ਪਈ ਸੀ, ਫਿਰ ਇਹਦੇ 'ਚ ਕਿੱਦਾਂ ਦੀ ਆਬਾਦੀ ਰਹਿੰਦੀ ਹੈ ਜਿਹੜੀ ਵਨਰੇਬਲ ਹੈ ਕਿ ਨਹੀਂ ਹੈ, ਉਹ ਸਾਰੇ ਕ੍ਰਾਈਟੀਰੀਆ ਦੇਖ ਕੇ ਹੀ ਕੁੱਲ 50 ਜਿਹੜੀਆਂ ਲੋਕੇਸ਼ਨਸ ਚੂਜ਼ ਕੀਤੀ। ਉੱਥੇ ਫਿਰ ਸੁਰੱਖਿਆ ਦੇ ਪ੍ਰਬੰਧਾਂ ਲਈ ਕਿਸ ਤਰ੍ਹਾਂ ਉਹ ਉਹਦੀ ਸਪੈਸ਼ਲ ਰਿਪੋਰਟਿੰਗ ਹੁੰਦੀ ਹੈ ਜੀ, ਜਦੋਂ ਜਿਸ ਪੋਲਿੰਗ ਵਾਲੇ ਦਿਨ ਉੱਥੇ ਫੋਰਸ ਦੀ ਜਿਹੜੀ ਕੀ ਹੈਗੀ ਹੈ ਤੈਨਾਤੀ ਦੀ ਵੀ ਇੱਕ ਸਪੈਸ਼ਲ ਕ੍ਰਾਈਟੀਰੀਆ ਹੈਗਾ, ਫਿਰ ਉਹ ਸਾਰੇ ਅਸੀਂ ਸਾਨੂੰ ਮੁਕੰਮਲ ਕਰਨੇ ਹੁੰਦੇ ਆ। ਉਹਦੇ 'ਚ ਪੁਰਾਣੀ ਪੋਲਿੰਗ ਹੈਗੀ ਆ, ਪੁਰਾਣਾ ਕੋਈ ਲੜਾਈ ਝਗੜਾ ਜੇ ਹੋਇਆ ਉੱਥੇ ਹੈਗਾ, ਤੇ ਉੱਥੇ ਕੋਈ ਇਹੋ ਜਿਹੀ ਆਬਾਦੀ ਜਿਹੜੀ ਵਨਰੇਬਲ ਹੋਵੇ, ਤੇ ਉਹ ਹੋਰ ਵੀ ਕ੍ਰਾਈਟੀਰੀਆ ਹੈਗੇ ਜਿਹਨਾਂ ਨੂੰ ਇਹ ਸਾਰਾ ਕੁਝ ਸਾਹਮਣੇ ਰੱਖ ਕੇ ਫਿਰ ਚੂਜ਼ ਕੀਤਾ ਜਾਂਦਾ। ਇਸ ਤੋਂ ਇਲਾਵਾ ਜੀ, ਜਿਹੜਾ ਆਪਣੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਕੁੱਲ 50 ਵਲਨਰੇਬਲ ਅਸੀਂ ਲੋਕੇਸ਼ਨਸ ਆਇਡੈਂਟੀਫਾਈ ਕੀਤੀਆਂ ਹੈਗੀਆਂ ਐਜ਼ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨੋਰਮਸ ਦੇ ਹਿਸਾਬ ਨਾਲ, ਇਹਦੇ 'ਚੋਂ ਤਕਰੀਬਨ 30 ਜਿਹੜੀਆਂ ਹੈਗੀਆਂ ਸ਼ਹਿਰੀ ਇਲਾਕਿਆਂ 'ਚ ਪੈਂਦੀਆਂ ਅਤੇ 20 ਜਿਹੜੀਆਂ ਹੈਗੀਆਂ ਪੇਂਡੂ ਇਲਾਕੇ 'ਚ।
ਉਹਦੇ ਲਈ ਸੁਰੱਖਿਆ ਫੋਰਸ ਵੀ ਰੱਖਣ ਬਿਲ ਇਹਦੇ ਲਈ ਮਾਪਦੰਡ ਥੋੜ੍ਹੇ ਡਿਫਰੈਂਟ ਅਤੇ ਸਟ੍ਰਿਕਟ ਹੁੰਦੇ ਆ ਜੀ। ਇਲੈਕਸ਼ਨ ਕਮਿਸ਼ਨ ਦੇ ਹਿਸਾਬ ਨਾਲ ਇਹਦੀ ਰਿਪੋਰਟਿੰਗ ਵੀ ਜਿਹੜੀ ਹੁੰਦੀ ਆ ਉਹ ਵੀ ਹੁੰਦੀ ਆ ਪ੍ਰੋਪਰ, ਯਾਨੀ ਕਿ ਸਟ੍ਰਿਕਟ ਹੁੰਦੀ ਆ ਅਤੇ ਪੈਰਾਮੀਟਰਸ ਅਲੱਗ ਆ, ਅਤੇ ਇਹਦੇ 'ਚ ਜਿਹੜੀ ਡਿਪਲੋਇਮੈਂਟ ਆਫ ਫੋਰਸ ਹੈ ਇਹ ਵੀ ਉਹਦੇ ਪੈਰਾਮੀਟਰਸ ਵੀ ਹੈ।